ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਫੋਕਸ ਪੰਜਾਬੀ ਜੋ ਚੈਨਲ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਅੱਜ ਸਿੱਖ ਕੌਮ ਦੀ ਇੱਕ ਅਹਿਮ ਸ਼ਖਸੀਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਜੀ ਜੋ ਅੱਜ ਸਾਡੇ ਦਰਮਿਆਨ ਨੇ ਸੋ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਧਾਨ ਸਾਹਿਬ ਅੱਜ ਬੜੇ ਖੁਸ਼ੀ ਵਾਲਾ ਵੀ ਮਾਹੌਲ ਹੈ ਵੀ ਸਾਡੇ ਬਾਬੇ ਨਾਨਕ ਦੀ ਜਿਹੜੀ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਆ ਰਹੀ ਹੈ ਉਹਦੇ ਵਾਸਤੇ ਲੋਕਾਂ ਦੇ ਵਿੱਚ ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਿੱਚ ਬੜਾ ਉਤਸ਼ਾਹ ਹੈਗਾ ਅਤੇ ਇਸ ਸ਼ਤਾਬਦੀ ਨੂੰ ਆਪਾਂ ਕਿਸ ਢੰਗ ਨਾਲ ਮਨਾ ਰਹੇ ਹਾਂ ਉਹ ਵੀ ਸਾਰੀ ਸੰਗਤ ਭਲੀ ਭਾਂਤ ਜਾਣਦੀ ਹੈ ਲੇਕਿਨ ਪਿਛਲੇ ਕੁਛ ਸਮੇਂ ਦਰਮਿਆਨ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਵੀ ਸ਼ਤਾਬਦੀ ਪ੍ਰਤੀ ਸ਼੍ਰੋਮਣੀ ਕਮੇਟੀ ਥੋੜ੍ਹੀ ਜਿਹੀ ਅਵੇਸਲੀ ਹੁੰਦੀ ਜਾ ਰਹੀ ਹੈ ਇਹਦੇ ਬਾਰੇ ਦੱਸੋ ਵੀ ਵਾਕਈ ਗੱਲ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਅਸੀਂ ਬਹੁਤ ਹੀ ਭਾਗਾਸ਼ਾਲੀ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਆ ਰਿਹਾ ਜਿਨ੍ਹਾਂ ਦੇ ਪ੍ਰਤੀ ਸਾਰੀ ਸਿੱਖਾਂ ਬਹੁਤ ਸੁਚੇਤ ਹੈ ਬੜੀ ਸ਼ਰਧਾ ਸਤਿਕਾਰ ਭਾਵਾਂ ਦੇ ਨਾਲ ਮਨਾਉਣ ਜਾ ਰਹੀ ਹੈ ਔਰ ਪਿਛਲੇ ਸਾਲ 29 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੰਮੇਲਨ ਕੀਤਾ ਗਿਆ ਸੀ ਜਿਹਦੇ ਵਿੱਚ ਸਾਰੀਆਂ ਸਿੱਖ ਸੰਸਥਾਵਾਂ ਹੋਰ ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉੱਥੇ ਪਹੁੰਚੀਆਂ ਸਨ ਉੱਥੇ ਅਸੀਂ ਇਹ ਐਲਾਨ ਕੀਤਾ ਸੀ ਕਿ ਪੂਰਾ ਇਹ ਸਾਲ ਜਿਹੜਾ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ 550 ਸਾਲਾਂ ਨੂੰ ਸਮਰਪਿਤ ਹੋਵੇਗਾ ਤੋ ਇਸ ਤੋਂ ਇਲਾਵਾ ਉਦੋਂ ਤੋਂ ਹੀ ਸ਼ੁਰੂ ਤੋਂ ਸਾਡੇ ਸਮਾਗਮ ਨੇ ਜਿਹੜੇ ਇਹ ਸ਼ੁਰੂ ਹੋ ਚੁੱਕੇ ਨੇ ਮੈਂ ਸਮਝਦਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਵੱਖ ਵੱਖ ਸੂਬਿਆਂ ਦੇ ਵਿੱਚ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਬੜੀ ਵੱਡੀ ਪੱਧਰ 'ਤੇ ਸਟੇਟ ਪੱਧਰ 'ਤੇ ਵੀ ਮਨਾਏ ਗਏ ਜਿਸ ਤਰ੍ਹਾਂ ਗੁਜਰਾਤ ਦੀ ਗੱਲ ਲੈ ਲਈਏ ਉੱਥੇ ਗੁਜਰਾਤ ਦੀ ਸਰਕਾਰ ਦੇ ਵੱਲੋਂ ਸਰਕਾਰੀ ਤੌਰ 'ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾਂ ਸੰਬੰਧੀ ਗੁਰਮਤਿ ਸਮਾਗਮ ਕਿਹਾ ਜਿੱਥੇ ਸਰਕਾਰ ਨੇ ਉਹਦੇ ਵਿੱਚ ਬਹੁਤ ਵੱਡਾ ਭਾਗ ਲਿਆ ਉੱਥੋਂ ਦੀਆਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇੜੇ ਤਿਉੜੇ ਬੜੀ ਲੰਮੀ ਵੱਡੀ ਤਾਦਾਦ ਦੇ ਵਿੱਚ ਉੱਥੇ ਆਏ ਸਨ ਸੋ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਗਏ ਸਨ ਉਹਨਾਂ ਸਥਾਨਾਂ ਨੂੰ ਉੱਥੋਂ ਦੀ ਸਰਕਾਰ ਜਿਹੜੀ ਸੀ ਉੱਥੋਂ ਦੇ ਮੁੱਖ ਮੰਤਰੀ ਬੀਜੂ ਪਟਨਾਇਕ ਜੀ ਜਿਹੜੇ ਹੈਗੇ ਨੇ ਉਹਨਾਂ ਨੇ ਪੰਜ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਸੀ ਨਾ ਉਹਨਾਂ ਨੇ ਤਕਰੀਬਨ 5-5 ਕਰੋੜ ਰੁਪਈਆ ਜਿਹੜਾ ਸੀ ਉਹਨਾਂ ਸਥਾਨਾਂ ਨੂੰ ਜਿਹੜਾ ਦਿੱਤਾ ਸੀ ਜਿਹੜੇ ਬੀਜੂ ਪਟਨਾਇਕ ਨੇ ਉਹ ਹੈਗੇ ਨੇ ਉੜੀਸਾ ਦੇ ਅਤੇ ਉੱਥੇ ਵੀ ਮੈਂ ਗਿਆ ਉੜੀਸਾ ਦੇ ਵਿੱਚ ਵੀ ਸਾਡਾ ਸਮਾਗਮ ਹੋਇਆ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਰਤੀ ਦਾ ਜਿਹੜਾ ਉਚਾਰਨ ਕੀਤਾ ਗਿਆ ਸੀ ਉੱਥੋਂ ਇੱਕ ਨਗਰ ਕੀਰਤਨ ਵੀ ਲੈ ਕੇ ਆਏ ਸਾਂ ਅਤੇ ਉਹ ਵੀ ਬਹੁਤ ਵਧੀਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇੱਕ ਪੰਜਾਬ ਦੇ ਵਿੱਚ ਆਉਣੇ ਆ ਇੰਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ ਮੇਰਾ ਮਕਸਦ ਕਹਿਣ ਦਾ ਕਿ ਅਸੀਂ ਲਗਾਤਾਰ ਜਿਹੜੇ ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸ਼੍ਰੋਮਣੀ ਕਮੇਟੀ ਸੁਚੇਤ ਨਹੀਂ ਅਸੀਂ ਪੂਰੀ ਸੁਚੇਤੀ ਦੇ ਨਾਲ ਬੜੇ ਪ੍ਰੋਗਰਾਮ ਬਣਾ ਕੇ ਸਾਰੇ ਸੂਬਿਆਂ ਦੇ ਵਿੱਚ ਜਾ ਰਹੇ ਹਾਂ ਜਿਸ ਤਰ੍ਹਾਂ ਉੜੀਸਾ 'ਚ ਗਏ ਗੁਜਰਾਤ 'ਚ ਗਏ ਆਹ ਪਿਛਲੇ ਦਿਨਾਂ 'ਚ ਆਸਾਮ ਦੇ ਵਿੱਚ ਇੱਕ ਬਹੁਤ ਵੱਡਾ ਹੋਇਆ ਇਸ ਤਰ੍ਹਾਂ ਨਗਰ ਕੀਰਤਨ ਕੋੜੀ ਘਾਟ ਜਿਹੜਾ ਹੈਗਾ ਯੂਪੀ ਦੇ ਵਿੱਚ ਉੱਥੋਂ ਨਗਰ ਕੀਰਤਨ ਲੈ ਕੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਜਾਇਆ ਗਿਆ ਉਹ ਯੂਪੀ ਵੱਖ ਵੱਖ ਸਟੇਟਾਂ ਦੇ ਵਿੱਚ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਆ ਕੇ ਜਿਹੜੀ ਸੰਪੂਰਨਤਾ ਹੋਈ ਇਸੇ ਤਰ੍ਹਾਂ ਪ੍ਰਧਾਨ ਸਾਹਿਬ ਤੁਸੀਂ ਦੱਸਿਆ ਹੈਗਾ ਵੀ ਬਹੁਤ ਸੋਹਣੇ ਤੁਸੀਂ ਐਫਰਟਸ ਕਰ ਰਹੇ ਹੋ ਨਗਰ ਕੀਰਤਨ ਵੀ ਚੱਲ ਰਹੇ ਨੇ ਗੁਰਮਤਿ ਸਮਾਗਮਾਂ ਦਾ ਆਯੋਜਨ ਵੀ ਹੋ ਰਿਹਾ ਹੈ ਇਸ ਤੋਂ ਇਲਾਵਾ ਇੱਕ ਤੁਸੀਂ ਇੱਕ ਸੰਗਤ ਨੂੰ ਦੱਸਿਆ ਸੀ ਵੀ ਗੁਰਮਤਿ ਲਿਟਰੇਚਰ ਛਾਪਿਆ ਜਾ ਰਿਹਾ ਜਿਹੜੀਆਂ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਵੱਖ ਵੱਖ ਲੈਂਗੁਏਜ ਵਿੱਚ ਹੋਏਗਾ ਜਿਨ੍ਹਾਂ ਨੂੰ ਸਾਰੇ ਵਰਲਡ ਦੀ ਸੰਗਤ ਤੱਕ ਪਹੁੰਚਾਇਆ ਜਾਏਗਾ ਤਾਂ ਕਿ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਹੈ ਉਹ ਆਲ ਵਰਲਡ ਦੇ ਲੋਕਾਂ ਤੱਕ ਜਾ ਸਕੇ ਅਤੇ ਅਜੇ ਤੱਕਰ ਮੇਰਾ ਖਿਆਲ ਅਪ੍ਰੈਲ ਦਾ ਮਹੀਨਾ ਬੀਤ ਗਿਆ ਜੀ ਹਜੇ ਤੱਕਰ ਉਹ ਲਿਟਰੇਚਰ ਜਿਹੜਾ ਹੈ ਉਹ ਕਿਉਂ ਨਹੀਂ ਪਬਲਿਸ਼ਿੰਗ ਹੋ ਰਿਹਾ ਇਹਦੇ ਬਾਰੇ ਦੱਸੋ ਜ਼ਰੂਰ ਦੇਖੋ ਬਿਲਕੁਲ ਉਹ ਜੇ ਲਿਟਰੇਚਰ ਦੀ ਗੱਲ ਕੀਤੀ ਹੈ ਬਹੁਤ ਤੁਸੀਂ ਵਧੀਆ ਇਹ ਗੱਲ ਕੀਤੀ ਗਈ ਹੈ ਕਿ ਅਸੀਂ ਪਿਛਲੇ ਸਮੇਂ ਅਸੀਂ ਇੱਕ ਮੀਟਿੰਗ ਵੀ ਕੀਤੀ ਸੀ ਉਹਦੇ ਵਿੱਚ ਕੁਛ ਸਮਾਗਤ ਕੀਤੀ ਗਈ ਹੈ ਕੁਛ ਕਿਤਾਬਾਂ ਦੀ ਜਿਹੜੇ ਸਾਡੇ ਪ੍ਰਮੁੱਖ ਵਿਦਵਾਨਾਂ ਵੱਲੋਂ ਗੁਰੂ ਨਾਨਕ ਸਾਹਿਬ ਦਾ ਜੀਵਨ ਜਾਂ ਉਹਨਾਂ ਦੇ ਸਿਧਾਂਤਾਂ ਪ੍ਰਤੀ ਵਿਚਾਰਧਾਰਾ ਵਾਲੀ ਕਿਤਾਬਾਂ ਛਾਪੀਆਂ ਗਈਆਂ ਸੀ ਉਹਦਾ ਤਕਰੀਬਨ ਅਸੀਂ ਥੋੜ੍ਹਾ ਜਿਹਾ ਉਹਦੀ ਨਿਸ਼ਾਨਦੇਹੀ ਕਰ ਲਈ ਹੈ ਵੀ ਆਹ ਕਿਤਾਬਾਂ ਜਿਹੜੀਆਂ ਨੇ ਇਹ ਛਾਪੀਆਂ ਜਾਣਗੀਆਂ ਪਿਛਲੇ ਮੀਟਿੰਗ ਦੇ ਵਿੱਚ ਉਹ ਮੈਂ ਜਲਦੀ ਜਿਹੜੀਆਂ ਲੋਕਾਂ ਵਿੱਚ ਪਹੁੰਚਣਗੀਆਂ ਅੰਗਰੇਜ਼ੀ ਦੇ ਵਿੱਚ ਵੀ ਛਾਪਾਂਗੇ ਹਿੰਦੀ ਦੇ ਵਿੱਚ ਵੀ
ਤੇ ਵੱਖ ਵੱਖ ਸੂਬਿਆਂ ਦੀ ਜਿਹੜੇ ਭਾਸ਼ਾਵਾਂ ਨੇ ਪ੍ਰਧਾਨ ਜੀ ਪ੍ਰੋਸੈਸ ਲੇਟ ਕਿਉਂ ਹੋ ਰਿਹਾ ਇਹਦੇ 'ਚ ਕੀ ਕਮੀ ਕਿੱਥੇ ਰਹਿ ਗਈ ਆਪਣੀ ਕੋਈ ਮਤਲਬ ਨਹੀਂ ਨਹੀਂ ਬੈਠਕ ਵਗੈਰਾ ਚੱਲਦੀ ਹੈ ਥੋੜ੍ਹਾ ਜਿਹਾ ਇਹ ਕਿਉਂਕਿ ਅੱਜ ਕੱਲ੍ਹ ਬੜਾ ਸੋਚ ਸਮਝ ਕੇ ਦੇਖਣਾ ਪੈਂਦਾ ਹੈ ਵੀ ਕਿਹੜੇ ਲੈਟਰ ਜਿਹੜਾ ਸਾਡਾ ਹੈਗਾ ਰਾਈਟਰ ਹੈ ਉਹਦੀ ਛਾਪੀ ਜਾਵੇ ਇੱਕ ਦੋ ਸ਼ਨਾਖਤ ਕੀਤੀ ਗਈ ਵੀ ਆਹ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਵੀ ਜਦੋਂ 500 ਸਾਲਾਂ ਸੀ ਉਸ ਸਮੇਂ ਵੀ ਛਾਪੇ ਗਏ ਸੀ ਉਸ ਤਰ੍ਹਾਂ ਦੇ ਉੱਤੇ ਅਸੀਂ ਜਿਹੜਾ ਹੈ ਕੰਮ ਕਰਨ ਜਾ ਰਹੇ ਹਾਂ ਅਤੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਉਹ ਜਲਦੀ ਜਿਹੜਾ ਲੋਕਾਂ ਸਾਹਮਣੇ ਜਿਹੜਾ ਸਾਰਾ ਉਹ ਲਿਟਰੇਚਰ ਉਹ ਕਿਤਾਬਾਂ ਜਿਹੜੀਆਂ ਵੱਖ ਵੱਖ ਭਾਸ਼ਾਵਾਂ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਉਹ ਸਾਰਿਆਂ ਨੂੰ ਦਿੱਤੀਆਂ ਜਾਣਗੀਆਂ। ਠੀਕ ਹੈ ਪ੍ਰਧਾਨ ਜੀ, ਬਹੁਤ ਵੱਡਾ ਉਪਰਾਲਾ ਹੈ ਇਸ ਕਿਤਾਬ ਦੇ ਵਿੱਚ। ਤੁਸੀਂ ਸਾਰੇ ਦੇਸ਼ ਭਰ ਦੀ ਜਿੰਨੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈਗੀ ਹੈ, ਚਾਹੇ ਉੜੀਸਾ 'ਚ ਹੈਗੀ ਹੈ, ਛੱਤੀਸਗੜ੍ਹ 'ਚ ਹੈ, ਮੱਧ ਪ੍ਰਦੇਸ਼, ਆਸਾਮ ਦੀ ਗੱਲ ਕੀਤੀ ਹੈ, ਪਿੱਛੇ ਸ਼ਿਲੋਂਗ ਦੀ ਵੀ ਮੈਂ ਹੋ ਕੇ ਆਇਆ, ਉੱਥੇ ਵੀ ਬੜਾ ਤੁਹਾਡਾ ਪ੍ਰਚਾਰ ਹੋ ਰਿਹਾ ਐਸ ਜੀ ਪੀ ਸੀ ਵੱਲੋਂ। ਐਤਕੀ ਉਹਨਾਂ ਦੀ ਡਿਮਾਂਡ ਸੀ ਵੀ ਇਸ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਸਿਕਲੀਗਰ ਵਣਜਾਰਿਆਂ ਵਾਸਤੇ ਤੁਸੀਂ ਫੰਡ ਰੱਖਦੇ ਹੋ ਉਹਨਾਂ ਦੀ ਬਿਹਤਰੀ ਲਈ, ਉਹਨਾਂ ਦੀ ਭਲਾਈ ਲਈ, ਉਹਦਾ ਕੋਟਾ ਕੁਛ ਵਧਾਇਆ ਜਾਵੇ, ਅਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੁਛ ਤਾਂ ਅਸੀਂ ਐਤਕੀ ਬਜਟ 'ਚ ਵੀ ਜਿਹੜਾ ਹੈ ਕੋਟਾ ਦਾ ਕਾਫੀ ਰੱਖਿਆ ਹੈ ਜੀ, ਤਕਰੀਬਨ ਮੈਨੂੰ ਲੱਗਦਾ ਇੱਕ ਕਰੋੜ 14 ਕਰੋੜ ਰੁਪਇਆ, ਤਕਰੀਬਨ 14 ਕਰੋੜ ਰੁਪਇਆ ਜਿਹੜਾ ਸੀ ਨਾ ਆਹ ਹੁਣ ਜਿਹੜਾ ਬਜਟ ਅਸੀਂ ਪਾਸ ਕੀਤਾ ਹੈ ਇਹਦੇ ਵਿੱਚ ਸਿਗਲੀਗਰਾਂ ਬਣਜਾਰੇ ਜਿਸ ਤਰ੍ਹਾਂ ਤੁਸੀਂ ਹੋ ਦੱਸਿਆ ਸਾਰੇ ਇਹਨਾਂ ਜਿਹੜੇ ਲੋੜਵੰਦ ਨੇ ਜਾਂ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਵਾਸਤੇ ਅਸੀਂ ਇਹ 14 ਕਰੋੜ। ਪ੍ਰਧਾਨ ਜੀ, ਇਹ ਜਿਹੜਾ ਤੁਸੀਂ 14 ਕਰੋੜ ਦੀ ਤੁਸੀਂ ਗੱਲ ਦੱਸੀ ਹੈ ਇਹਦੇ ਪਾਰਟਸ ਹੈਗੇ ਆ ਵੀ ਸਿਕਲੀਗਰ ਵਣਜਾਰਿਆਂ ਵਾਸਤੇ ਇੰਨਾ ਹੈਗਾ, ਉਹਨਾਂ ਦੇ ਗੁਰਦਾਮਾਂ ਵਾਸਤੇ ਇੰਨਾ, ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਲਈ ਇੰਨਾ, ਇਹ ਡਿਫਰੈਂਟ ਹੈ ਇਹ ਕਿਉਂਕਿ ਛੱਤੀਸਗੜ੍ਹ ਦਾ ਏਰੀਆ, ਤੁਸੀਂ ਵਿਜੇਵਾੜਾ ਵੀ ਕਾਫੀ ਬੱਚਿਆਂ ਦੀ ਹੈਲਪ ਕਰ ਰਹੇ ਹੋ, ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਵੀ ਦੇ ਰਹੇ ਹੋ। ਮੈਂ ਪਿੱਛੇ ਮੱਧ ਪ੍ਰਦੇਸ਼ ਹੀ ਹੋ ਕੇ ਆਇਆ, ਹੁਣ ਇੱਥੇ ਦੁਬਾਰਾ ਅਸੀਂ ਜਾ ਰਹੇ ਹਾਂ, ਖਾਸ ਕਰਕੇ ਸ਼ਿਲੋਂਗ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੈਨੂੰ ਉਹ ਗੱਲ ਦੱਸੀ ਹੈ ਵੀ ਸ਼ਿਲੋਂਗ ਦੇ ਵਿੱਚ ਜਿਹੜੇ ਸਿੱਖ ਕਮਿਊਨਿਟੀ ਰਹਿੰਦੀ ਹੈ, ਅਸੀਂ ਜਿਹਨਾਂ ਨੂੰ ਚਲੋ ਮੈਂ ਉਹ ਸ਼ਬਦ ਨਹੀਂ ਬੋਲਣਾ ਚਾਹੁੰਦਾ ਹੈਗਾ, ਉਹ ਭੰਗੀ ਦਾ ਕੰਮ ਕਰ ਰਹੇ ਨੇ ਉੱਥੇ, ਮੈਲ ਢੋਣ ਦਾ ਕੰਮ ਕਰ ਰਹੇ ਨੇ, ਕਾਫੀ ਮਤਲਬ ਹੈ ਨਾ ਜ਼ਲਾਲਤ ਭਰੀ ਜ਼ਿੰਦਗੀ ਦੇ ਵਿੱਚ ਦੁਬਰ ਜ਼ਿੰਦਗੀ 'ਚ ਜੀ ਰਹੇ ਨੇ, ਉਹਨਾਂ ਦੀ ਬਿਹਤਰੀ ਲਈ SCPC ਕੀ ਕਰ ਰਹੀ? ਦੇਖੋ ਅਸੀਂ ਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪਿਛਲੇ ਦਿਨੀ ਮੈਂ ਆਸਾਮ ਵੀ ਗਿਆ ਸੀ, ਉੱਥੇ ਵੀ ਕਾਫੀ ਸਿੱਖ ਐਸੇ ਨੇ ਉਹ ਬਹੁਤ ਪਿਛਲੇ 100 ਸਾਲਾਂ ਤੋਂ ਉੱਥੇ ਰਹਿ ਰਹੇ ਨੇ। ਅੱਜ ਕੱਲ੍ਹ ਉਹਨਾਂ ਦੀ ਇੱਕ ਪ੍ਰੋਬਲਮ ਇਹ ਹੋ ਗਈ ਕਿ ਉਹ ਨਾ ਉਹ ਪੰਜਾਬੀ ਉਹਨਾਂ ਦੇ ਬੱਚਿਆਂ ਨੂੰ ਆਉਂਦੀ ਨਹੀਂ ਹੈ, ਪੰਜਾਬੀ ਪੜ੍ਹਦੇ ਵੀ ਨਾ, ਉੱਥੇ ਪੰਜਾਬੀ ਦੇ ਸਕੂਲ ਨੇ। ਉਹ ਸਾਨੂੰ ਵੀ ਇਸ ਗੱਲ ਦੀ ਉਹਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਇੱਥੇ ਸਾਨੂੰ ਇਹ ਵੱਡੀ ਗੱਲ ਹੈ ਕਿ ਪੰਜਾਬੀ ਦਾ ਕੋਈ ਇੱਥੇ ਸਕੂਲ ਹੋਣਾ ਚਾਹੀਦਾ ਜਾਂ ਕੋਈ ਸਾਨੂੰ ਇਹ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ। ਉੱਥੇ ਵੀ ਅਸੀਂ ਅਨਾਊਂਸ ਕਰਕੇ ਆਏ ਸੀ ਵੀ ਜਲਦੀ ਤੁਹਾਨੂੰ ਇਸ ਸਾਲ ਅਸੀਂ ਇੱਕ ਸਕੂਲ ਜਿਹੜਾ ਹੈ ਉੱਥੇ ਪੰਜਾਬੀ ਵਾਸਤੇ ਗੁਰਮਤਿ ਸਿੱਖਿਆ ਵਾਸਤੇ ਵੀ ਦੇਵਾਂਗੇ। ਬਾਕੀ ਅਸੀਂ ਕਈ ਵਾਰੀ ਇਹ ਵੀ ਕਿਹਾ ਕਿ ਤੁਸੀਂ ਜੇ ਵੀ ਕੋਈ ਨੌਕਰੀ ਕਰਨਾ ਚਾਹੁੰਦੇ ਹੋ, ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਮੈਂ ਮੱਧ ਪ੍ਰਦੇਸ਼ 'ਚ ਵੀ ਗਿਆ ਸੀ, ਲੀਗਰਾਂ ਨਾਲ ਵੀ ਗੱਲ ਕੀਤੀ, ਬਣਜਾਰਿਆਂ ਨਾਲ ਵੀ ਗੱਲ ਕੀਤੀ ਵੀ ਘੱਟੋ ਘੱਟ ਸਾਨੂੰ 1000 ਬੱਚਾ ਤੁਸੀਂ ਦਿਓ, ਉਹਨੂੰ ਅਸੀਂ ਪੜ੍ਹਾਵਾਂਗੇ ਵੀ ਗੁਰਮਤਿ ਦੀ ਸਿੱਖਿਆ ਵੀ ਦੇਵਾਂਗੇ, ਉਹਨੂੰ ਨੌਕਰੀਆਂ ਵੀ ਦੇਵਾਂਗੇ। ਨਹੀਂ ਉਹਨਾਂ ਨੂੰ ਤੁਸੀਂ ਐਜੂਕੇਸ਼ਨ ਕਿੱਥੇ ਡਿਵੈਲਪ ਕਰੋਗੇ, ਪੰਜਾਬ ਵਿੱਚ ਕਰੋਗੇ ਜਾਂ ਉੱਥੇ ਕਰੋਗੇ? ਅਸੀਂ ਸੋਚਦੇ ਪੰਜਾਬ ਵਿੱਚ, ਕਿਉਂਕਿ ਜੇ ਇੱਥੇ ਸਾਡੇ ਸਕੂਲਾਂ ਕਾਲਜਾਂ 'ਚ ਉਹਨਾਂ ਨੂੰ ਰੱਖ ਕੇ ਅਸੀਂ ਇੱਥੇ ਪੜ੍ਹਾਉਣਾ ਚਾਹੁੰਦੇ ਹਾਂ ਵੀ ਇੱਥੇ ਪੜ੍ਹਾਈਏ, ਔਰ ਇਸ ਤਰ੍ਹਾਂ ਇੱਥੇ ਹੀ ਉਹਨਾਂ ਨੂੰ ਕੰਮ ਕਾਜ ਦੇਈਏ, ਇੱਥੇ ਉਹਨਾਂ ਨੂੰ ਅਸੀਂ ਨੌਕਰੀਆਂ ਵੀ ਦੇ ਸਕਦੇ। ਸਿੰਘ ਸਾਹਿਬ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ, ਇਹ ਜਿਹੜਾ ਐਕਸਪੈਰੀਮੈਂਟ ਸੀ ਅੱਜ ਤੋਂ 2 ਸਾਲ ਪਹਿਲਾਂ ਵੀ, ਜਦ ਕਿ 2.5 ਸਾਲ ਹੀ ਹੋ ਗਏ, ਚੀਫ ਖਾਲਸਾ ਦੀਵਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਅਤੇ ਉਹਨਾਂ ਨੇ 250 ਬੱਚਾ ਅਡੋਪਟ ਕਰਕੇ ਚੀਫ ਖਾਲਸਾ ਦੀਵਾਨ ਨੂੰ ਦਿੱਤਾ ਸੀ, ਪਰ ਸਮੇਂ ਦੀ ਤਰਾਸਦੀ ਹੈਗੀ ਹੈ, ਉਹਨਾਂ 'ਚੋਂ ਅੱਜ ਇੱਕ ਵੀ ਬੱਚਾ ਚੀਫ ਖਾਲਸਾ ਦੀਵਾਨ ਕੋਲੋਂ ਨਹੀਂ ਹੈ, ਕਿਉਂਕਿ ਪੰਜਾਬ ਦੇ ਹਾਲਾਤ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਥੋੜ੍ਹਾ ਜਿਹਾ ਡਿਫਰੈਂਟ ਹੈ। ਉਹਨਾਂ ਦੀ ਡਿਮਾਂਡ ਇਹ ਹੈਗੀ ਵੀ ਸਾਨੂੰ ਉੱਦਾਂ ਦਾ ਸਟਰਕਚਰ ਜੇ ਤੁਸੀਂ ਇੰਦੌਰ ਦੇ ਵਿੱਚ ਜਾਂ ਕਿਤੇ ਹੋਰ ਡਿਵੈਲਪ ਕਰ ਦਿਓ ਤਾਂ ਕਿ ਸਾਡੇ ਬੱਚੇ ਵੀ ਇੱਥੇ ਆਪਣੇ ਸਟੇਟ 'ਚ ਰਹਿਣ ਅਤੇ ਉਹ ਜਿਹੜੀ ਗੁਰਮਤਿ ਦੀ ਸਿਖਲਾਈ ਵੀ ਹੈ ਅਤੇ ਜਿਹੜੀ ਐਜੂਕੇਸ਼ਨ ਦੀ ਪੜ੍ਹਾਈ ਜਿਹੜੀ ਆਪਣੀ ਹੈ ਉਹ ਕਰ ਸਕਣ। ਇਹਦੇ ਬਾਰੇ ਕੀ ਵਿਚਾਰ ਹੈ ਵੀ ਜੇ ਆਪਾਂ ਉੱਥੇ ਕਰ ਦਈਏ? ਬਿਲਕੁਲ ਤੁਹਾਡੀ ਗੱਲ ਸਹੀ ਹੈ, ਅਸੀਂ ਵੀ ਇਹ ਦੇਖਿਆ ਹੈਗਾ, ਤਜਰਬਾ ਕੀਤਾ, ਕਿਹਾ ਵੀ ਜਾ ਕੇ, ਲੇਕਿਨ ਉਹ ਬੱਚੇ ਇੱਥੇ ਭੇਜ ਕੇ ਰਾਜ਼ੀ ਨਹੀਂ ਹੈ। ਤੁਹਾਡੀ ਗੱਲ ਮੈਂ ਵੀ ਦੇਖਦਾ, ਫਿਰ ਅਸੀਂ ਕੀ ਕਿਹਾ ਜਿਵੇਂ ਤੁਸੀਂ ਇੰਦੌਰ ਦੀ ਗੱਲ ਕੀਤੀ ਹੈ, ਉੱਥੇ ਥਾਂ ਹੈ, ਅਸੀਂ ਕਿਹਾ ਵੀ ਇੱਥੇ ITI ਵਗੈਰਾ ਇੱਥੇ ਅਸੀਂ ਖੋਲ੍ਹ ਦਿੰਦੇ ਹਾਂ ਜਿਹਦੇ ਵਿੱਚ ਕੋਈ ਟੈਕਨੀਕਲ ਤੌਰ 'ਤੇ, ਕਿਉਂਕਿ ਵੈਸੇ ਉਹਨਾਂ ਦਾ ਦਿਮਾਗ ਟੈਕਨੀਕਲ ਹੈ, ਸਾਰਾ ਬਹੁਤ ਵਧੀਆ ਇਸ ਪਾਸੇ ਕਰ ਸਕਦੇ ਨੇ ਕੰਮ, ਵੀ ਇੱਥੇ ਅਸੀਂ ITI ਦਾ ਇੱਕ ਜਿਹਦੀ ਖੋਲ੍ਹ ਦਿੰਦੇ ਹਾਂ, ਉੱਥੇ ਸਾਡੇ ਬੱਚੇ ਸਿੱਖਣਗੇ ਵੀ, ਉਹਦੇ ਨਾਲ ਇੱਕ ਅੱਧੀ ਫੈਕਟਰੀ ਵੀ ਲਾ ਜਾਂਦੇ, ਕੋਈ ਕਿਰਪਾਨ ਮਨ ਕੜੇ ਬਾਟੇ ਜੋ ਆਪਾਂ ਤਿਆਰ ਕਰਦੇ ਹਾਂ, ਜੋ ਆਪਣੇ ਗੁਰਸਿੱਖਾਂ ਦੀਆਂ ਸਾਰੀਆਂ ਇਹ ਚੀਜ਼ਾਂ ਨੇ, ਵੀ ਇਹ ਵੀ ਉਹ ਤਿਆਰ ਕਰਨ ਤਾਂ ਕਿ ਅਸੀਂ ਉਹਨੂੰ। ਮੇਰਾ ਕਹਿਣ ਦਾ ਭਾਵ ਸੀ ਵੀ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਕਸ਼ਮੀਰ ਦੇ ਵਿੱਚ ਛੱਤੀ ਸਿੰਘਪੁਰਾ 'ਚ ਇੱਕ ਬਹੁਤ ਸੋਹਣਾ ਸਕੂਲ ਸਟੈਬਲਿਸ਼ ਕੀਤਾ ਹੈ,
ਖਾਸ ਕਰਕੇ ਜੰਮੂ ਕਸ਼ਮੀਰ ਦੇ ਜਿਹੜੇ ਵਿਦਿਆਰਥੀ ਨੇ ਉਹ ਸਮੇਂ ਦੇ ਹਾਣੀ ਬਣਾਉਣ ਦੇ ਲਈ ਬਹੁਤ ਵੱਡਾ ਐਸਜੀਪੀਸੀ ਦਾ ਇੱਕ ਉਪਰਾਲਾ ਹੈਗਾ ਔਰ ਤੁਸੀਂ ਵੀ ਬੜੇ ਸੂਝਵਾਨ ਪ੍ਰਧਾਨ ਦੇ ਤੌਰ ਤੇ ਕਾਰਜ ਕਰ ਰਹੇ ਹੋ ਪਿਛਲੇ 2 ਸਾਲ ਤੋਂ ਇਹ ਸੰਗਤ ਦੇ ਵਿੱਚ ਬੜੀ ਇੱਕ ਵੱਡੀ ਡਿਮਾਂਡ ਹੈ ਵੀ ਉੱਥੇ ਕਿਸ ਤਰ੍ਹਾਂ ਦਾ ਇੰਸਟੀਟਿਊਸ਼ਨ ਜਿਹੜਾ ITI ਜਾਂ ਸਕੂਲ ਜਿਹੜਾ ਤੁਸੀਂ ਡਿਵੈਲਪ ਕਰੋ ਇਹਦੇ ਬਾਰੇ ਇਹ ਦੱਸੋ ਵੀ ਇਹ ਕਦੋਂ ਤੱਕ ਹੋ ਜਾਏਗਾ ਜੀ ਬਿਲਕੁਲ ਮੈਂ ਉਦੋਂ ਸਾਰੀ ਉਹਨਾਂ ਦੀ ਗੱਲ ਕਰਿਆ ਸੀ ਹੁਣ ਜਲਦੀ ਮੈਂ ਉੱਥੇ ਜਾ ਰਿਹਾ ਇੰਦੌਰ ਵੀ ਜਾਵਾਂਗਾ ਭੋਪਾਲ ਵੀ ਜਾਵਾਂਗਾ ਹੁਣ ਜਲਦੀ ਅਸੀਂ ਪ੍ਰੋਗਰਾਮ ਉਹਨਾਂ ਅਤੇ ਸੰਗਤ ਨਾਲ ਹੀ ਬਣਾਇਆ ਜਲਦੀ ਜਾ ਕੇ ਅਸੀਂ ਜਿਹੜਾ ਇਹ ਕੰਮ ਜਿਹੜਾ ਹੈ ਸ਼ੁਰੂ ਕਰਾਂਗੇ ਉਦੋਂ ਅਸੀਂ ਉਹਨੂੰ ਦੱਸਿਆ ਸੀ ਵੀ ਸਾਨੂੰ ਇੱਕ ਥਾਂ ਦੇ ਦਿਓ ਤੁਸੀਂ ਜਿੱਥੇ ਕਰਨਾ ਹੈ ਸਾਰਾ ਔਰ ਹੁਣ ਉੱਥੇ ਸੰਗਤ ਵੱਲੋਂ ਕਹਿੰਦੇ ਸੀ ਅਸੀਂ ਕੋਈ ਟਾਈਮ ਦਿੰਦੇ ਹਾਂ ਤੁਹਾਨੂੰ ਔਰ ਜਲਦੀ ਜਾ ਕੇ ਅਸੀਂ ਚਾਹੁੰਦੇ ਹਾਂ ਵੀ ਜਲਦ ਤੋਂ ਜਲਦੀ ਜਿਹੜਾ ਹੈ ਉਹਨਾਂ ਦੇ ਵਿੱਚ ਇਹ ਜਿਹੜੇ ITI ਵਗੈਰਾ ਜਾਂ ਉੱਥੇ ਜੋ ਛੋਟੀ ਵਰਕਸ਼ਾਪ ਵਗੈਰਾ ਖੋਲ੍ਹਣੀਆਂ ਨੇ ਤਾਂ ਕਿ ਅਸੀਂ ਜਲਦੀ ਉਹ ਸਾਰਾ ਖੋਲ੍ਹ ਸਕੀਏ ਪ੍ਰਧਾਨ ਜੀ ਇੱਕ ਬੜਾ ਵੱਡਾ ਇੱਕ ਮਸਲਾ ਹੋਰ ਸਾਹਮਣੇ ਆ ਰਿਹਾ ਹੈਗਾ ਵੀ ਸੁਲਤਾਨਪੁਰ ਲੋਧੀ ਥੋੜ੍ਹਾ ਜਿਹਾ ਇੱਕ ਸਾਈਡ 'ਚ ਪੈ ਜਾਂਦਾ ਹੈਗਾ ਖਾਸ ਕਰਕੇ ਹਰਿਆਣਾ UP ਪੰਜਾਬ ਦੇ ਕਈ ਹੋਰ ਏਰੀਏ ਨੇ ਉੱਥੋਂ ਦੀ ਸੰਗਤ ਨੂੰ ਆਉਣ ਜਾਣ 'ਚ ਬੜੀ ਦਿੱਕਤ ਹੋ ਰਹੀ ਹੈ ਕੀ ਤੁਸੀਂ ਪੰਜਾਬ ਸਰਕਾਰ ਨੂੰ ਕੋਈ ਇੱਦਾਂ ਦੀ ਗੱਲਬਾਤ ਚੱਲ ਰਹੀ ਹੈ ਵੀ ਉਹਨਾਂ ਨੂੰ ਸਹੂਲਤਾਂ ਦੇਣ ਵਾਸਤੇ ਉਹਨਾਂ ਨੂੰ ਮਤਲਬ ਦਰਸ਼ਨ ਦੀਦਾਰੇ ਕਰਾਉਣ ਲਈ ਉਹਨਾਂ ਗੁਰਧਾਮਾਂ ਦੇ ਵੀ ਕੋਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣ ਬਿਲਕੁਲ ਸਾਡੀਆਂ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਵਿਸ਼ੇਸ਼ ਬੱਸਾਂ ਅਸੀਂ ਚਲਾ ਰਹੇ ਹਾਂ ਜਿਹੜੇ ਪਿੰਡਾਂ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ ਸੰਗਤ ਸਟੇਟ ਗੌਰਮੈਂਟ ਕੀ ਕਰ ਰਹੀ ਹੈ ਉਹਦੇ ਬਾਰੇ ਪਿਛਲੇ ਮੈਂ ਅਸੀਂ ਇੱਕ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਮੈਨੂੰ ਟਾਈਮ ਦਿਓ ਇੱਕ ਤਾਂ ਇਹ ਸੀ ਕਿ ਮੇਰੇ ਮਨਸਾ ਵੀ ਸੀ ਸਿੰਘ ਸਾਹਿਬ ਆਪਣੇ ਸ੍ਰੀ ਅਕਾਲ ਤਖ਼ਤ ਆਦੇਸ਼ ਵਿੱਚ ਵੀ ਇੱਕੋ ਹੀ ਸਟੇਜ ਲਾਈ ਜਾਵੇ ਇਕੱਠੇ ਇਹ ਜਿਹੜੀ ਸ਼ਤਾਬਦੀ ਦੇ ਰੂਪ ਵਿੱਚ ਅਸੀਂ ਗੁਰੂ ਸਾਹਿਬ ਦਾ ਪੁਰਬ ਮਨਾਉਂਦੇ ਹਾਂ ਇਕੱਠੇ ਤੌਰ 'ਤੇ ਮਨਾਇਆ ਜਾਵੇ ਉਹਦੇ ਸੰਬੰਧੀ ਉਹਨਾਂ ਨਾਲ ਗੱਲ ਕਰਨੀ ਸੀ ਔਰ ਉਹ ਚਿੱਠੀ ਉਹਨਾਂ ਦੀ ਆਈ ਸੀ ਕਿ ਮੈਂ ਜਲਦੀ ਤੁਹਾਨੂੰ ਟਾਈਮ ਦੇ ਰਿਹਾ ਜਦੋਂ ਵੀ ਟਾਈਮ ਮੁੱਖ ਮੰਤਰੀ ਜੀ ਨੇ ਸਾਨੂੰ ਦਿੱਤਾ ਅਸੀਂ ਇਹ ਸਾਰੀ ਗੱਲ ਉਹਨਾਂ ਨਾਲ ਕਰਾਂਗੇ ਵੀ ਬੱਸਾਂ ਚਲਾਉਣ ਦੀ ਜਾਂ ਉੱਥੇ ਜੋ ਸੁਲਤਾਨਪੁਰ ਲੋਧੀ ਅਸੀਂ ਮਨਾਉਣਾ ਜੋ ਜੋ ਉੱਥੇ ਕੰਮ ਕਰਨੇ ਨੇ ਸੜਕਾਂ ਮਨਾਉਣੀਆਂ ਨੇ ਜਾਂ ਜੋ ਵੀ ਹੈ ਅਸੀਂ ਬਹਿ ਕੇ ਬੜੇ ਡਿਟੇਲ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਨਹੀਂ ਪ੍ਰਧਾਨ ਜੀ ਗੱਲ ਇਹ ਹੈਗੀ ਆ ਵੀ ਟਾਈਮ ਥੋੜ੍ਹਾ ਰਹਿ ਗਿਆ ਚਿੱਠੀ ਆਪਾਂ ਭੇਜੀ ਨੂੰ ਮੈਂ ਕਿਹਾ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਵੀ ਹਜੇ ਤੱਕ ਆਪਾਂ ਇਹ ਨਹੀਂ ਚੂਜ਼ ਕਰ ਰਹੇ ਵੀ ਆਪਾਂ ਸ਼ਤਾਬਦੀ SGPC ਆਪਣੇ ਤੌਰ 'ਤੇ ਮਨਾਏਗੀ ਜਾਂ ਪੰਜਾਬ ਸਰਕਾਰ ਨਾਲ ਮਿਲ ਕੇ ਮਨਾਏਗੀ ਅਸੀਂ ਤਾਂ ਆਪਣੇ ਤੌਰ 'ਤੇ ਮਨਾ ਹੀ ਰਹੇ ਹਾਂ ਸਾਡੇ ਵੱਲੋਂ ਕੋਈ ਨਹੀਂ ਅਸੀਂ ਪ੍ਰੋਗਰਾਮ ਪੂਰੇ ਲੀਕ ਲਏ ਡੇਟਾਂ ਵੀ ਲਿਖ ਲਈਆਂ ਅਤੇ ਅਸੀਂ ਵਿਸ਼ਵ ਸਿੱਖ ਕਨਵੈਨਸ਼ਨ ਮਤਲਬ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਕੋਈ ਇਹਦੇ ਬਾਰੇ ਬਿਲਕੁਲ ਉਹਨਾਂ ਵੱਲੋਂ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਲਿਖਿਆ ਗਿਆ ਸਾਡੇ ਵੱਲੋਂ ਦੇਖੋ ਅਸੀਂ ਆ 20 ਤਰੀਕ ਨੂੰ ਸਾਰੀਆਂ ਸੰਤ ਸਮਾਜ ਦੀ ਅਤੇ ਜਿੰਨੇ ਕਾਰ ਸੇਵਾ ਵਾਲੇ ਮਹਾਂਪੁਰਸ਼ ਅਤੇ ਹੋਰ ਸਿੱਖ ਜਥੇਬੰਦੀਆਂ ਦੀ ਅਸੀਂ ਵੱਡੀ ਸਾਡੀ ਮੀਟਿੰਗ ਹੋਈ ਹੈ ਸੁਲਤਾਨਪੁਰ ਲੋਧੀ ਆ ਇਸੇ 20 ਤਾਰੀਖ ਨੂੰ ਔਰ ਉੱਥੇ ਪ੍ਰੋਗਰਾਮ ਲਿਖੇ ਨੇ ਜਿਵੇਂ ਵਿਸ਼ਵ ਸਿੱਖ ਸੰਮੇਲਨ ਕਰਾਉਣਾ ਸਰਵ ਧਰਮ ਸੰਮੇਲਨ ਕਰਾਉਣਾ ਇਸ ਤਰ੍ਹਾਂ ਦੀਆਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਰਾਗ ਨੇ ਉਹਨਾਂ ਰਾਗਾਂ ਦੇ ਵਿੱਚ ਉਹਨਾਂ ਦੀ ਬਾਣੀ ਦਾ ਜਿਹੜਾ ਕੀਰਤਨ ਦਰਬਾਰ ਕਰਾਉਣਾ ਉਹ ਸਾਰੇ ਪੂਰੇ ਡਿਟੇਲ ਦੇ ਵਿੱਚ ਅਸੀਂ ਤਕਰੀਬਨ ਸਾਰਾ ਪ੍ਰੋਗਰਾਮ ਲੀਕ ਚੁੱਕੇ ਹਾਂ ਔਰ ਉਹ ਅਸੀਂ ਸਿਰਫ ਸਰਕਾਰ ਜੀ ਸਾਨੂੰ ਟਾਈਮ ਦੇ ਉਹਨਾਂ ਟਾਈ ਅਪ ਕਰਕੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਮਿਲ ਕੇ ਜਿਹੜਾ ਹੈ ਇਹ ਸਾਰੇ ਸਮਾਗਮ ਕਰੀਏ ਹੁਣ ਦੇਖੋ ਕਦੋਂ ਟਾਈਮ ਦਿੰਦੇ ਨੇ ਅੱਜ ਕੱਲ੍ਹ ਉਹ ਮੇਲਾ ਚੋਣਾਂ 'ਚ ਰੁੱਝੇ ਹੋਏ ਨੇ ਸ਼ਾਇਦ ਉਦੋਂ ਬਾਅਦ ਮੈਨੂੰ ਟਾਈਮ ਦੇਣ ਸੋ ਪ੍ਰਧਾਨ ਜੀ ਨੇ ਸਾਨੂੰ ਦੱਸਿਆ ਵੀ ਸਿਆਸੀ ਮੈਦਾਨ ਜਿਹੜਾ ਭਖਿਆ ਪਿਆ ਪੰਜਾਬ ਦੇ ਵਿੱਚ ਵੀ ਅਤੇ ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਹੀ ਜਿਹੜੀ ਪੰਜਾਬ ਸਰਕਾਰ ਹੈ ਉਹ ਸ਼ਤਾਬਦੀ ਬਾਰੇ ਕੁਛ ਨਾ ਕੁਛ ਸੋਚੇਗੀ ਪਰ ਮੈਂ ਕਿਹਦੇ ਨਾਲ ਸੰਗਤ ਦਾ ਇੱਕ ਮੇਰੇ ਮਨ 'ਚ ਸਵਾਲ ਵੀ ਆਇਆ ਹੈਗਾ ਬਈ SGPC ਨੇ ਸਿੱਖ ਵਿਰਾਸਤ ਵਾਸਤੇ ਸਿੱਖ ਹੈਰੀਟੇਜ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕੀਤਾ ਹੈਗਾ ਆਪਣੀ ਵਿਰਾਸਤ ਦੀ ਸੰਭਾਲ ਦੇ ਲਈ ਅਤੇ ਇਸੇ ਮਿਸ਼ਨ ਨੂੰ ਲੈ ਕੇ ਪ੍ਰਧਾਨ ਸਾਹਿਬ ਵੀ ਬੜੇ ਐਗਰੈਸਿਵ ਨੇ ਔਰ ਕੰਮ ਕਰ ਰਹੇ ਨੇ ਬਟ ਪਿਛਲੇ ਕੁਛ ਦਿਨਾਂ ਦੇ ਵਿੱਚ ਜੋ ਪੰਜਾਬ ਦੀ ਵਿਰਾਸਤ ਨੂੰ ਢਾਣ ਦਾ ਰੁਝਾਨ ਸ਼ੁਰੂ ਹੋਇਆ ਹੈ ਉਹਦੇ ਬਾਰੇ ਵੀ ਸੰਗਤ ਵਿੱਚ ਕਾਫੀ ਤੋਖਲੇ ਚੱਲ ਰਹੇ ਨੇ ਸੋ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸੰਗਤ ਦੇ ਮਨਾਂ 'ਚ ਜਿਹੜੀਆਂ ਤੋਖਲੇ ਪਾਏ ਜਾ ਰਹੇ ਨੇ ਉਹ ਕਿਸ ਤਰ੍ਹਾਂ ਭਰਮ ਭੁਲੇਖੇ ਦੂਰ ਹੋ ਸਕਦੇ ਨੇ ਇਹਦੇ ਬਾਰੇ ਜ਼ਰੂਰ ਦੱਸੋ ਦੇਖੋ ਪਿਛਲੇ ਦਿਨਾਂ 'ਚ ਇੱਕ ਤਾਂ ਬੜੀ ਵੱਡੀ ਜਿਹੜੀ ਸਾਡੀ ਉਹ ਆਪਣਾ ਤਰਨ ਤਾਰਨ ਦਰਬਾਰ ਸਾਹਿਬ ਜਿਹੜਾ ਹੈ ਉਹਦੀ ਡਿਊਟੀ ਦਾ ਮਸਲਾ ਆਇਆ ਸੀ ਔਰ ਕਿਉਂਕਿ ਸੰਗਤ ਦੀ ਭਾਵਨਾ ਸੀ ਵੀ ਉਹਨੂੰ ਨਾ ਢਾਇਆ ਜਾਵੇ ਉਹਦੀ ਭਾਵਨਾ ਕਰਕੇ ਅਸੀਂ ਆਪਣੀ ਅੰਤਰ ਕਮੇਟੀ ਦੇ ਵਿੱਚ ਮਤਾ ਲਿਆਉਂਦਾ ਵੀ ਇਹਨੂੰ ਅਜੇ ਪੈਂਡਿੰਗ ਰੱਖੋ ਜਿਵੇਂ ਸੰਗਤ ਦਾ ਸਾਰਿਆਂ ਦਾ ਵਿਚਾਰ ਆਉਂਗੇ ਉਹ ਤਰੀਕੇ ਨਾਲ ਆਪਾਂ ਜਿਹੜੀ ਸੇਵਾ ਕਰ ਸੇਵਾ ਬਾਬਾ ਜੀ ਨੂੰ ਦੇਵਾਂਗੇ ਲੇਕਿਨ ਮੈਂ ਸਮਝਦਾ ਵੀ ਬਹੁਤ ਹੀ ਸੁਸਤੀ ਗੱਲ ਹੈ ਕਿ ਜਿਹੜੀ ਰਾਤ ਨੂੰ ਉਹਨਾਂ ਨੇ ਢਾਉਣੀ ਸ਼ੁਰੂ ਕਰ ਦਿੱਤੀ ਜਿਹਦੇ ਵਿੱਚ ਸਾਰੀ ਸਿੱਖ ਸੰਗਤ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਸੋ ਇਹਦੇ ਉੱਤੇ ਅਸੀਂ ਕਾਫੀ ਐਕਸ਼ਨ ਵੀ ਲਿਆ
ਤੇ ਕਾਰਸੇ ਵਾਲੇ ਬਾਬਿਆਂ ਨੂੰ ਵੀ ਉਹਨਾਂ ਤੋਂ ਸੇਵਾ ਅਸੀਂ ਸਮਾਪਤ ਕਰਤੀ ਉਹਨਾਂ ਦੀ, ਜਿਹੜਾ ਉੱਥੋਂ ਦੇ ਅਧਿਕਾਰੀ ਸੀ ਉਹਨੂੰ ਸਸਪੈਂਡ ਕੀਤਾ ਵੀ ਤੁਸੀਂ ਇਹ ਸਾਡੇ ਉਸ ਮਤੇ ਦੇ ਵਿਰੁੱਧ ਗਏ ਹੋਵੇ ਜੋ ਸ਼੍ਰੋਮਣੀ ਕਮੇਟੀ ਦਾ ਮਤਾ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਸਾਡੀ ਕਾਰਸੇਵਾ ਵਾਲੇ ਬਾਬਿਆਂ ਨਾਲ ਜਿਹੜੀ ਹੈ ਸੁਲਤਾਨਪੁਰ ਲੋਧੀ ਸਾਰੇ ਸੀ ਅਸੀਂ ਤਕਰੀਬਨ ਜਿੰਨੇ ਵੀ ਕਾਰਸੇਵਾ ਮਹਾਂਪੁਰਸ਼ ਅਤੇ ਜਿੰਨੀਆਂ ਇਹਨਾਂ ਦੀਆਂ ਜਿਹੜੀਆਂ ਸੰਪਰਦਾ ਸਾਰੀਆਂ ਇਕੱਠੀਆਂ ਹੋਈਆਂ ਸੀਗੀਆਂ। ਇਹ ਅਸੀਂ ਗੱਲ ਉਹਨਾਂ ਨਾਲ ਕੀਤੀ ਸੀ ਵੀ ਜਿਹੜੇ ਪੁਰਾਤਨ ਸਾਡੀਆਂ ਇਮਾਰਤਾਂ ਨੇ ਉਹਨੂੰ ਵਿਰਸੇ ਨੂੰ ਆਪਾਂ ਸੰਭਾਲ ਕੇ ਰੱਖਣਾ, ਕਿਉਂਕਿ ਆਮ ਤੌਰ 'ਤੇ ਲੋਕਾਂ 'ਚ ਆ ਰਿਹਾ ਇਹ ਵੀ ਪੁਰਾਣੀਆਂ ਧਾਰਤੀਆਂ ਕਾਰਸੇ ਵਾਲੇ ਬਾਬੇ ਢਾਹ ਰਹੇ ਨੇ। ਸੋ ਇਹ ਗੱਲ ਅਸੀਂ ਉਹਨਾਂ ਨਾਲ ਕੀਤੀ ਸੀ ਵੀ ਇਹਨਾਂ ਨੂੰ ਬਿਲਕੁਲ ਤੁਸੀਂ ਇਸ ਤਰ੍ਹਾਂ ਨਾਲ ਕਰੋ। ਇੱਕ ਅਸੀਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਬਣਾ ਦਿੱਤੀ, ਟੈਕਨੀਕਲ ਬੰਦੇ ਵੀ ਉਹਦੇ ਵਿੱਚ ਲਏ ਨੇ, ਇਮਾਰਤ ਦੀ ਜਿਹੜੀ ਮੁਹਾਰਤ ਰੱਖਣ ਵਾਲੇ ਨੇ ਉਹ ਵੀ ਉਹਨੂੰ ਵਿੱਚ ਲਏ ਨੇ। ਅਸੀਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਟੈਕਨੀਕਲ ਜਿਹੜੀ ਸਾਡੀ ਇੱਕ ਕਮੇਟੀ ਹੈ ਉਹ ਪਾਸ ਕਰਿਆ ਕਰ, ਉਸ ਤੋਂ ਬਾਅਦ ਹੀ ਅੱਗੇ ਅਸੀਂ ਜਿਹੜਾ ਉਹ ਕਾਰ ਸੇਵਾ ਜਿਹੜੀ ਆ ਬਾਬਿਆਂ ਨੂੰ। ਜੀ ਬਹੁਤ ਅੱਛੀ ਗੱਲ ਕਹੀ ਹੈ ਤੁਸੀਂ ਟੈਕਨੀਕਲ ਕਮੇਟੀ ਦੀ। ਇੱਕ ਟੈਕਨੀਕਲ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੇ ਅਨਾਊਂਸ ਕੀਤੀ ਹੈ, ਸਿੱਖ ਹੈਰੀਟੇਜ ਸ਼ਾਇਦ ਉਹਦਾ ਨਾਮ ਹੈਗਾ, ਉਹ ਉਹਨਾਂ ਦੀ ਸੈਪਰੇਟ ਹੈਗੀ ਹੈ ਜਾਂ ICCPR ਦੀ ਹੈ? ਨਹੀਂ ਇੱਕੋ ਹੀ ਹੈ ਜੀ, ਸਾਰੀ ਇੱਕੋ ਹੀ ਕਰਾਂਗੇ, ਮਿਲ ਕੇ ਸਿੰਘ ਸਾਹਿਬ ਨਾਲ ਰਲ ਕੇ ਬੈਠ ਕੇ ਇੱਕੋ ਹੀ ਕਮੇਟੀ ਬਣਾਵਾਂਗੇ। ਜੇ ਉਹਨਾਂ ਦੇ ਕੋਲ ਜਿਹੜੀ ਗੱਲ ਕੀਤੀ ਉਹ ਵੀ ਅਸੀਂ ਜਿਹੜੇ ਸਾਡੇ ਬੰਦੇ ਨੇ ਉਹ ਵੀ ਬੈਠ ਕੇ ਵਿਚਾਰ ਕਰਕੇ ਸਾਰੀ ਇੱਕੋ ਹੀ ਰੱਖਾਂਗੇ। ਸੋ ਇਹਦੇ ਵਿੱਚ ਅੱਜ ਬੀਬੀ ਕਰਨਜੋਤ ਕੌਰ ਹੈ ਜੀ, ਸਾਬਕਾ ਜਨਰਲ ਸਕੱਤਰ ICCPR ਔਰ ਐਜ਼ ਏ ਮੈਂਬਰ ਹੈ, ਉਹਨਾਂ ਦੀ ਸਟੇਟਮੈਂਟ ਆਈ ਹੈ ਬਈ ਇਹਦੇ ਵਿੱਚ ਸਿੱਖ ਆਰਕੀਟੈਕਟ ਸਿੱਖ ਇੰਜੀਨੀਅਰ ਵੀ ਸ਼ਾਮਿਲ ਕੀਤੇ ਜਾਣ। ਪ੍ਰਧਾਨ ਜੀ ਜਾਂਦੇ ਜਾਂਦੇ ਇਹ ਸਾਡੇ ਸਵਾਲ ਦਾ ਜਵਾਬ ਦੇ ਜੋ ਵੀ ਵਾਕਈ ਇੰਡੀਵਿਜੁਅਲ ਵਿਅਕਤੀ ਅੱਛੇ ਵਿਅਕਤੀ ਔਰ ਯੋਗ ਵਿਅਕਤੀ ਸ਼ਾਮਿਲ ਕੀਤੇ ਜਾਣ। ਬਿਲਕੁਲ ਯੋਗ ਵਿਅਕਤੀ ਕਰਾਂਗੇ ਅਸੀਂ, ਪਹਿਲਾਂ ਵੀ ਬੜੇ ਯੋਗ ਵਿਅਕਤੀ ਯੂਨੀਵਰਸਿਟੀ ਪਾਸੋਂ ਵੀ ਲਏ ਨੇ, ਗੁਰੂ ਨਾਨਕ ਦੇਵ ਸਾਹਿਬ ਯੂਨੀਵਰਸਿਟੀ ਹੈ ਜਾਂ ਪੰਜਾਬ ਯੂਨੀਵਰਸਿਟੀ ਹੈ ਜਾਂ ਟੈਕਨੀਕਲ ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚ ਯੋਗ ਵਿਅਕਤੀ ਨੇ ਜਿਹੜੇ ਅੱਛੇ ਅਸੀਂ ਲੈ ਰਹੇ ਹਾਂ, ਤਾਂ ਕਿ ਉਹਨਾਂ ਦੀ ਕਮੇਟੀ ਬਣਾਈਏ ਉਹ ਸਾਨੂੰ ਵਧੀਆ ਤਰੀਕੇ ਨਾਲ ਸਾਰਾ। ਸੰਗਤ ਨੂੰ ਕੀ ਕਹਿਣਾ ਚਾਹੋਗੇ ਵਿਰਾਸਤ ਦੀ ਸੰਭਾਲ ਲਈ ਜਾਂਦੇ ਜਾਂਦੇ? ਸੰਗਤੀ ਨੂੰ ਇਹੀ ਕਹਾਂਗੇ, ਸੰਗਤ ਨੂੰ ਬੇਨਤੀ ਕਰਾਂਗੇ ਕਿ ਸਾਡੀ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹੀ ਮਨਸਾ ਹੈ ਕਿ ਸਾਡੀ ਵਿਰਾਸਤ ਨੂੰ ਸੰਭਾਲਿਆ ਜਾਵੇ। ਅਸੀਂ ਇਹਦੇ ਪ੍ਰਤੀ ਬੜਾ ਸੁਚੇਤ ਹਾਂਗੇ, ਆਉਣ ਵਾਲੇ ਸਮੇਂ 'ਚ ਐਸੀ ਕੋਈ ਘਟਨਾ ਨਹੀਂ ਹੋਏਗੀ, ਔਰ ਮੈਂ ਸਮਝਦਾ ਕਿ ਸਾਡੀ ਵਿਰਾਸਤ ਹੈਗੀ, ਇਹਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਅਤੇ ਪ੍ਰਧਾਨ ਜੀ ਡੇਰਾ ਬਾਬਾ ਨਾਨਕ ਤੋਂ ਲਾਂਘਾ ਵੀ ਸਟਾਰਟ ਹੋ ਰਿਹਾ, ਉਹਦੇ ਬਾਰੇ ਵੀ ਦੋ ਸ਼ਬਦ ਕਹਿ ਦਿਓ ਵੀ ਉਹ ਕਿਸ ਤਰ੍ਹਾਂ ਦਾ, ਆਪਾਂ ਉੱਥੇ ਵੀ ਸੈਲੀਬ੍ਰੇਟ ਕਰਾਂਗੇ ਜਾਂ ਸਾਰੇ ਪ੍ਰੋਗਰਾਮ ਸੁਲਤਾਨਪੁਰ ਲੋਧੀ 'ਚ ਕੀਤੇ ਜਾਣਗੇ? ਨਹੀਂ ਵੱਖੋ ਵੱਖਰੇ ਕਰਾਂਗੇ ਅਸੀਂ, ਦੇਖੋ ਜਿਹੜੇ ਵੀ ਪਹਿਲੇ ਸਭ ਤੋਂ ਪਹਿਲਾਂ ਤਾਂ ਲਾਂਘੇ ਦੀ ਬਹੁਤ ਖੁਸ਼ੀ ਹੈ, ਜਿਹੜਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ, ਉਹ ਲਾਂਘੇ ਬਣਨਾ ਸ਼ੁਰੂ ਹੋ ਗਿਆ। ਸਿੱਖਾਂ ਦੀ ਭਾਵਨਾ ਦੀ ਜਿਹੜੀ ਉਹਦੀ ਕਦਰ ਕੀਤੀ ਹੈ ਸਾਰੀ ਸਰਕਾਰਾਂ ਨੇ ਵੀ, ਬਾਕੀ ਸਿੱਖ ਜਥੇਬੰਦੀਆਂ ਦੀ ਜਿਹੜੀ ਭਾਵਨਾ ਸੀ, ਸੋ ਲਾਂਘਾ ਬਣਨਾ ਸ਼ੁਰੂ ਹੋ ਗਿਆ। ਜਿੱਥੋਂ ਤੱਕ ਵੱਖ ਵੱਖ ਥਾਂ ਮੈਂ ਕੀਤੇ ਇਹ ਵੀ ਅਸੀਂ ਕਰ ਰਹੇ ਹਾਂ, ਡੇਰਾ ਬਾਬਾ ਨਾਨਕ ਸਾਹਿਬ ਉੱਥੇ ਵੀ ਅਸੀਂ ਪ੍ਰੋਗਰਾਮ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾਂ ਦਾ ਉੱਥੇ ਕੋਈ ਨਾ ਕੋਈ ਰੱਖਾਂਗੇ, ਅਨੰਦਪੁਰ ਸਾਹਿਬ ਵੀ ਰੱਖਾਂਗੇ, ਸ੍ਰੀ ਅੰਮ੍ਰਿਤਸਰ ਵੀ ਰੱਖਾਂਗੇ, ਅਤੇ ਵੱਖ ਵੱਖ ਥਾਵਾਂ 'ਤੇ ਅਸੀਂ ਵੱਡੇ ਪ੍ਰੋਗਰਾਮ ਰੱਖ ਰਹੇ ਹਾਂ। ਪ੍ਰਧਾਨ ਸਾਹਿਬ ਸੋਰੀ ਮੈਂ ਮਾਫ਼ੀ ਮੰਗਦਾ ਵੀ ਗੱਲਬਾਤ ਬਹੁਤ ਲੰਬੀ ਹੋ ਗਈ ਹੈ, ਪਰ ਜ਼ਹਿਨ 'ਚ ਇੱਕ ਸਵਾਲ ਹੋਰ ਉੱਠ ਖੜਿਆ ਹੋਇਆ ਵੀਜ਼ਾ ਪ੍ਰਣਾਲੀ ਦਾ, ਵੀ ਪਾਕਿਸਤਾਨ ਸਰਕਾਰ ਨੂੰ ਇਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਵੀਜ਼ਾ ਪ੍ਰਣਾਲੀ ਥੋੜ੍ਹੀ ਜਿਹੀ ਸਰਲ ਕੀਤੀ ਜਾਵੇ, ਸੰਗਤ ਦੇ ਜੱਥੇ ਵੱਧ ਤੋਂ ਵੱਧ ਜਾ ਸਕਣ, ਇਹਦੇ ਬਾਰੇ ICCPR ਵੱਲੋਂ ਕੀ ਕਾਰਵਾਈ ਹੋ ਰਹੀ ਹੈ ਵੀ ਜਾਂਦੇ ਜਾਂਦੇ ਖੁਲਾਸਾ ਕਰ ਜਾਓ ਜੀ। ਸੋ ਪਿਛਲੇ ਦਿਨਾਂ 'ਚ ਮੈਂ ਦਿੱਲੀ ਵੀ ਗਿਆ ਸੀ, ਉੱਥੇ ਵੀ ਗੱਲ ਹੋਈ ਸੀ ਵੀ ਜਿਹੜੀ ਇਹ ਪ੍ਰਣਾਲੀ ਨੂੰ ਬਹੁਤ ਸੌਖਾ ਕੀਤਾ ਜਾਵੇ, ਕਿ ਇੱਕ ਤਾਂ ਇਹ ਸੀ ਕੋਈ ਪਾਸਪੋਰਟ ਦੀ ਨਹੀਂ ਹੋਣੀ ਚਾਹੀਦੀ ਉੱਥੇ, ਕਿਉਂਕਿ ਆਮ ਤੌਰ 'ਤੇ ਸਾਡੇ ਮਾਲੇ ਵਿੱਚ ਤਾਂ ਲੋਕਾਂ ਕੋਲ ਪਿੰਡਾਂ 'ਚ ਹੁੰਦੇ ਹੀ ਨਹੀਂ ਪਾਸਪੋਰਟ, ਲੇਕਿਨ ਉਹ ਸ਼ਰਧਾ ਇੰਨੀ ਹੁੰਦੀ ਹੈ ਉੱਥੇ ਦਰਸ਼ਨ ਕਰਨਾ ਚਾਹੁੰਦੇ ਹੁੰਦੇ ਨੇ, ਕੋਈ ਆਈ ਕਾਰਡ ਵਗੈਰਾ ਉਹਨਾਂ ਦੇਖ ਲਿਓ, ਆਧਾਰ ਕਾਰਡ ਵਗੈਰਾ ਦੇਖਿਆ ਜਾਵੇ, ਇਹ ਵੀ ਸਰਕਾਰ ਨਾਲ ਕੀਤੀ ਸੀ ਗੱਲ। ਅਤੇ ਇੱਕ ਆਮ ਖੁੱਲ੍ਹੇ ਤੌਰ 'ਤੇ ਸੰਗਤ ਨੂੰ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, 500 ਜਾਵੇ 1000 ਜਾਵੇ, ਖੁੱਲ੍ਹੇ ਤੌਰ 'ਤੇ ਜਾ ਸਕਣ ਉੱਥੇ। ਸਾਡੀ ਇਹ ਗੱਲ ਨੂੰ ਪਾਕਿਸਤਾਨ ਸਰਕਾਰ ਕੋਲ ਵੀ, ਭਾਰਤ ਸਰਕਾਰ ਨੇ ਗੱਲ ਇਹ ਉਠਾਈ ਵੀ ਹੈ, ਤੋ ਮੈਂ ਸਮਝਦਾ ਕਿ ਸ਼ਾਇਦ ਇਸ ਗੁਰੂ ਮਹਾਰਾਜ ਕਿਰਪਾ ਕਰਨ ਸਾਡੀ ਇਹ ਗੱਲ ਪੂਰੀ ਹੋਵੇ। ਸੋ ਬਹੁਤ ਬਹੁਤ ਧੰਨਵਾਦ ਜੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ, ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਇਹ ਦੱਸਿਆ ਕਿ ਸਿੱਖ ਵਿਰਾਸਤ ਨੂੰ ਸੰਭਾਲਣ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸੁਚੱਜੇ ਪ੍ਰਬੰਧ ਕਰ ਰਹੀ ਹੈ, ਉੱਥੇ ਨਾਲ ਸਾਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਨਾਨਕ ਦੀ ਜਿਹੜੀ 550 ਸਾਲਾਂ ਸ਼ਤਾਬਦੀ ਹੈ ਉਹ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਕਲੇਵੇ 'ਚ ਲੈ ਕੇ ਮਨਾਈ ਜਾਵੇਗੀ। ਸੋ ਮੈਂ ਧੰਨਵਾਦ ਕਰਦਾ ਜੀ ਪ੍ਰਧਾਨ ਸਾਹਿਬ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।